ਹੱਕਾਂ ਲਈ ਲੜਦੀਆਂ ਜਵਾਨੀਆਂ ਉਦੋਂ ਤੱਕ ਸੂਲੀ ਚੜ੍ਹਦੀਆਂ ਰਹਿਣਗੀਆਂ। ਸਾਡੀ ਮਤਲਬ ਜਿਹੜੀ ਵੀ ਚੀਜ਼ ਸਾਨੂੰ ਬਹੁਤ ਜ਼ਿਆਦਾ ਪਿਆਰੀ ਹੁੰਦੀ ਆ ਅਸੀਂ ਉਹਨੂੰ ਮਾਂ ਦਾ ਦਰਜਾ ਦੇ ਦਿੰਦੇ ਹਾਂ, ਜਿਵੇਂ ਮਾਂ ਬੋਲੀ ਪੰਜਾਬੀ, ਧਰਤੀ ਮਾਂ। ਪਰ ਸਮਾਜ ਵਿੱਚ ਵੇਖੀਏ ਜਾਂ ਇੱਥੇ ਦੇਖੀਏ, ਮਾਂ ਦਾ ਬਹੁਤਾ ਸਤਿਕਾਰ ਸ਼ਬਦਾਂ 'ਚ ਹੀ ਕੀਤਾ ਜਾਂਦਾ। ਰੀਅਲ ਲਾਈਫ ਦੇ ਵਿੱਚ ਮਾਂ ਅਕਸਰ ਸਾਡੀ ਅਣਦੇਖੀ ਦਾ ਸ਼ਿਕਾਰ ਹੁੰਦੀ ਆ। ਸੋ ਉਹਦੇ ਬਾਰੇ ਵਿੱਚ ਲਿਖਿਆ ਸੀ, ਕਹਿਣੇ ਨੂੰ ਧਰਤੀ ਮਾਂ ਏ, ਪਰ ਮਾਂ ਦਾ ਇਹ ਹਾਲ ਕੌਣ ਕਰਦਾ? ਧਰਤੀ ਲਈ ਖੜੀਆਂ ਦਿਸ਼ਾਵਾਂ ਨੂੰ ਗ੍ਰਿਫਤਾਰ ਕੌਣ ਕਰਦਾ? ਗਰੀਬਾਂ ਲਈ ਖੜਨਾ ਗਲਤੀ ਸੀ ਨੌਦੀਪ ਦੀ, ਗਰੀਬ ਦਾ ਮੂੰਹ ਰੱਬ ਦੀ ਗੋਲਕ, ਇਸ ਮਹਾਂਵਾਕ 'ਤੇ ਵਿਚਾਰ ਕੌਣ ਕਰਦਾ? ਉਮੀਦ ਹੈ ਇਹ ਆਵਾਜ਼ਾਂ ਮਰਦੀਆਂ ਨੇ, ਗਰੀਬਾਂ ਲਈ ਇੱਦਾਂ ਹੀ ਲੜਦੀਆਂ ਰਹਿਣਗੀਆਂ। ਭ੍ਰਿਸ਼ਟ ਨੇਤਾਵਾਂ ਦੀਆਂ ਵੋਟਾਂ ਲਈ ਜਵਾਨੀਆਂ ਜਦੋਂ ਤੱਕ ਖੜਦੀਆਂ ਰਹਿਣਗੀਆਂ, ਹੱਕਾਂ ਲਈ ਲੜਦੀਆਂ ਜਵਾਨੀਆਂ ਉਦੋਂ ਤੱਕ ਸੂਲੀ ਚੜ੍ਹਦੀਆਂ ਰਹਿਣਗੀਆਂ, ਹੱਕਾਂ ਲਈ ਲੜਦੀਆਂ ਜਵਾਨੀਆਂ ਉਦੋਂ ਤੱਕ ਸੂਲੀ ਚੜ੍ਹਦੀਆਂ ਰਹਿਣਗੀਆਂ। ਉਹ ਜਦੋਂ ਆਪਾਂ ਕਿਸੇ ਨੂੰ ਕੋਈ ਚੰਗੀ ਜਿਹੀ ਗੱਲ ਦੱਸੀਏ, ਸਿਆਣੀ ਜਿਹੀ ਗੱਲ ਦੱਸੀਏ, ਤਾਂ ਅਗਲਾ ਸਿੱਧਾ ਕਹਿੰਦਾ, ਭਰਾ ਤੇਰੇ ਘਰੇ ਰੋਟੀ ਪੱਕਦੀ ਆ ਤੂੰ ਸਾਨੂੰ ਨਾ ਸਮਝਾ। ਜਾਂ ਕਹਿੰਦੇ ਨਾ, ਜਿਹਦੇ ਘਰ ਦਾਣੇ ਅਤੇ ਉਹਦੇ ਕਮਲੇ ਵੀ ਸਿਆਣੇ। ਸੋ ਸਮ ਅਪ ਕਰਨ ਲੱਗਿਆ ਆਪਾਂ ਇਹਦਾ, ਕਹਿੰਦਾ, ਕਲੰਦਰਾ ਤੇਰੇ ਪੱਕਦੀ ਆ ਤੂੰ ਤਾਂ ਹੀ ਰੌਲਾ ਪਾਉਂਦਾ, ਜਿਹਨੂੰ ਫਿਕਰ ਹੈ ਰੋਟੀ ਦਾ ਕੀ ਉਹਨਾਂ ਨੂੰ ਸਮਝਾਉਣਾ। ਸੁਬਹਾ ਸ਼ਾਮ ਜੋ ਕੰਮ ਕਾਰ ਲਈ ਖੱਪਦੇ ਗਧਿਆਂ ਵਾਂਗੂ, ਰਾਜਨੀਤੀ ਵਿੱਚ ਚਿਣੇ ਜਾਂਦੇ ਆ ਹੇਠਲੇ ਰਦਿਆਂ ਵਾਂਗੂ। ਰਦੇ ਮਤਲਬ ਕਿ ਜੋ ਮਿਸਤਰੀ ਦਾ ਕੰਮ ਹੁੰਦਾ ਨਾ, ਉਹਦੇ ਵਿੱਚ ਜਦੋਂ ਅਸੀਂ ਇੱਟਾਂ ਦੀ ਚੜਾਈ ਕਰਦੇ ਨਾ, ਤਾਂ ਜੋ ਇੱਕ ਪੂਰੀ ਲਾਈਨ ਹੁੰਦੀ ਆ ਨਾ, ਉਹਨੂੰ ਰਦਾ ਕਹਿੰਦੇ ਆ। ਸੋ ਉਹਦੇ ਬਾਰੇ ਆ, ਕਲੰਦਰਾ ਤੇਰੇ ਪੱਕਦੀ ਆ ਤੂੰ ਤਾਂ ਹੀ ਰੌਲਾ ਪਾਉਣਾ, ਜਿਹਨੂੰ ਫਿਕਰ ਆ ਰੋਟੀ ਦਾ ਕੀ ਉਹਨਾਂ ਨੂੰ ਸਮਝਾਉਣਾ। ਸੁਬਹਾ ਸ਼ਾਮ ਜੋ ਕੰਮ ਕਾਰ ਲਈ ਖੱਪਦੇ ਗਧਿਆਂ ਵਾਂਗੂ, ਰਾਜਨੀਤੀ ਵਿੱਚ ਚਿਣ ਜਾਂਦੇ ਆ ਹੇਠਲੇ ਰਦਿਆਂ ਵਾਂਗੂ। ਤੂੰ ਬੋਲ ਬੋਲ ਕੇ ਥੱਕ ਜਾਣਾ, ਸਰਕਾਰਾਂ ਥੱਕਦੀਆਂ ਨਹੀਂ, ਇਹ ਇੱਦਾਂ ਹੀ ਠੱਗਦੀਆਂ ਆਈਆਂ ਨੇ, ਇੱਦਾਂ ਹੀ ਠੱਗਦੀਆਂ ਰਹਿਣਗੀਆਂ, ਇਹ ਇੱਦਾਂ ਹੀ ਠੱਗਦੀਆਂ ਆਈਆਂ ਨੇ ਅਤੇ ਇੱਦਾਂ ਹੀ ਠੱਗਦੀਆਂ ਰਹਿਣਗੀਆਂ। ਭ੍ਰਿਸ਼ਟ ਨੇਤਾਵਾਂ ਦੀਆਂ ਵੋਟਾਂ ਲਈ ਜਵਾਨੀਆਂ ਜਦੋਂ ਤੱਕ ਖੜਦੀਆਂ ਰਹਿਣਗੀਆਂ, ਹੱਕਾਂ ਲਈ ਲੜਦੀਆਂ ਜਵਾਨੀਆਂ ਉਦੋਂ ਤੱਕ ਸੂਲੀ ਚੜ੍ਹਦੀਆਂ ਰਹਿਣਗੀਆਂ, ਹੱਕਾਂ ਲਈ ਲੜਦੀਆਂ ਜਵਾਨੀਆਂ ਉਦੋਂ ਤੱਕ ਸੂਲੀ ਚੜ੍ਹਦੀਆਂ ਰਹਿਣਗੀਆਂ।